ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਮੇਰੇ ਤੋਂ ਪਹਿਲਾਂ ਸਾਰੇ ਜਿਹੜੇ ਬੁਲਾ ਰਹੇ ਸੀ ਉਹਨਾਂ ਨੇ ਆਪਣੇ ਆਪਣੇ ਧਾਮੀ ਜਿਹੜੇ ਵਿਚਾਰ ਦੱਸੇ ਆ, ਅਤੇ ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ। ਸਿੱਧੇ ਜਿਹੜੇ ਦੋ ਤਿੰਨ ਮੇਰੇ ਬੁਲਟ ਪੁਆਇੰਟ ਹੈਗੇ ਆ, ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਉਹ ਧਿਆਨ ਨਾਲ ਸੁਣਿਓ। ਪਹਿਲੀ ਗੱਲ ਕਿ ਜਿੰਨੇ ਵੀ ਅੱਜ ਆਪਾਂ ਇੱਥੇ ਆਏ ਹਾਂ, ਸਾਨੂੰ ਸਾਰਿਆਂ ਨੂੰ ਬੜੇ ਸੰਸੀਅਰ ਹੋ ਕੇ 22 ਤਰੀਕ ਲਈ ਫੈਸਲਾ ਜਿਹੜਾ ਕਰਨਾ ਆ, ਤੁਸੀਂ ਵੀ ਅਤੇ ਤੁਹਾਡੇ ਜਿਹੜੇ ਭੈਣ ਭਰਾ ਰਿਸ਼ਤੇਦਾਰ ਵੀ ਆ, ਉਹਦੇ ਪਿੱਛੇ ਕਿੱਡੀ ਵੱਡੀ ਬਿਲਡਿੰਗ ਬਣੀ ਆ, ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਪ੍ਰੋਗਰਾਮ ਚੱਲਦੇ ਆ ਉਹਨੂੰ ਧਿਆਨ ਦੇ ਵਿੱਚ ਰੱਖਣਾ। ਸਕੂਲ ਜਿਹੜਾ ਆ ਉਹ ਕਿੰਨਾ ਵਧੀਆ ਚੱਲਦਾ ਹੈਗਾ, ਉਹਦਾ ਹੁਣ ਨਹੀਂ ਸ਼ਾਇਦ ਤੁਹਾਨੂੰ ਪਤਾ ਲੱਗੂਗਾ, ਪਰ ਜਦੋਂ ਤੁਹਾਡੇ ਬੱਚੇ ਵੱਡੇ ਹੋ ਕੇ ਇੱਥੇ ਅੱਗੇ ਜਾਣਗੇ ਤਾਂ ਉਦੋਂ ਤੁਹਾਨੂੰ ਲੱਗੂਗਾ ਕਿ ਸਕੂਲ ਜਿਹੜੀ ਆ ਕਿੰਨੀ ਸਾਨੂੰ ਦੇਣ ਦਿੱਤੀ ਆ। ਆਮ ਕਿਹਾ ਜਾਂਦਾ ਕਿ ਸਾਡੇ ਬੱਚਿਆਂ ਨੇ ਪੰਜਾਬੀ ਭੁੱਲ ਜਾਣੀ ਆ, ਇਹ ਗੱਲ ਨਹੀਂ ਹੈਗੀ। ਜੇ ਤੁਸੀਂ ਸਕੂਲ ਨੂੰ ਇਸ ਤਰ੍ਹਾਂ ਚਲਾਉਣਾ ਆ, ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਧਾਰਮਿਕ ਪ੍ਰੋਗਰਾਮ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਚਲਾਉਣਾ, ਅਤੇ ਤੁਹਾਡੇ ਕੋਲ ਜਿਹੜੀ ਸਾਰਿਆਂ ਨਾਲੋਂ ਬੈਸਟ ਸਲੈਕਸ਼ਨ ਆ ਉਹ ਜਿਹੜੇ ਮੌਜੂਦਾ ਪ੍ਰਬੰਧਕ ਕਮੇਟੀ ਹੈਗੀ ਆ ਉਹ ਹੈਗੀ ਆ, ਅਤੇ ਦੂਸਰੇ ਪਾਸੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਤੁਸੀਂ ਟੈਸਟ ਵੀ ਹਾਲੇ ਕੀਤਾ ਵੀ ਉਹ ਕੀ ਕਰਨਗੇ ਕੀ ਨਹੀਂ ਕਰਨਗੇ, ਤੁਹਾਡੇ ਨਾਲ ਵਾਅਦੇ ਕਰ ਸਕਦੇ ਆ। ਪਰ ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸ ਸਕਦਾ, ਜਿੱਦਾਂ ਵੀ ਤੁਸੀਂ ਇੱਥੇ ਬੈਠੇ ਆ, ਗੱਲਾਂ ਸੁਣੀਆਂ ਹੈਗੀਆਂ ਕਿ ਵੀ ਉਹ ਜਿਹੜੇ ਸਾਨੂੰ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ, ਸਾਰੇ ਬਰਾਬਰ, ਇੱਦਾਂ ਦੀ ਗੱਲ ਨਹੀਂ ਹੈਗੀ। ਜਿੰਨਾ ਉਹ ਕੂੜ ਪ੍ਰਚਾਰ ਕਰਦੇ ਹੈਗੇ ਆ ਉਦੋਂ ਵੀ ਜ਼ਿਆਦਾ ਉਹਨਾਂ ਨੇ ਕਰਨਾ, ਉਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ। ਜੇ ਤੁਸੀਂ ਉਹਨਾਂ ਦੇ ਰਿਮੋਟ ਦੇ ਵਿੱਚ ਅਸੀਂ ਰਲ ਕੇ 2011 ਦੇ ਵਿੱਚ ਬੈਠਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਾਡੇ ਨਾਲ ਉਹਨਾਂ ਨੇ ਉਹ ਚੁਰਾਕੀਆਂ ਕੀਤੀਆਂ ਜਿਹਨਾਂ ਦੇ ਅੱਜ ਅਸੀਂ ਨਤੀਜੇ ਭੁਗਤ ਰਹੇ ਹਾਂ। ਸੋ ਮੈਂ ਤੁਹਾਨੂੰ ਸਾਰੇ ਸੂਝਵਾਨ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੀ ਪਲੀਜ਼ ਉਹਨਾਂ ਦੀਆਂ ਚੁਰਾਕੀਆਂ ਦੇ ਵਿੱਚ ਨਾ ਆਇਓ। ਸਾਡੇ ਗੁਰਦੁਆਰਾ ਸਾਹਿਬ ਤੁਹਾਡਾ ਜਿਹੜਾ ਹਿਸਾਬ ਕਿਤਾਬ ਆ ਉਹ ਇੰਟਰਨੈਟ 'ਤੇ ਪਿਆ ਕੋਈ ਬੰਦਾ ਜਾ ਕੇ ਦੇਖ ਸਕਦਾ। ਫਰੀ ਮੋਡ ਦੇ ਵਿੱਚ ਅਸੀਂ ਪੁੱਛਦੇ ਹਾਂ ਕਿ ਸਾਨੂੰ ਹਿਸਾਬ ਕਿਤਾਬ ਦਿੱਤਾ ਜਾਓ, ਕਹਿੰਦੇ ਕੋਰਟ 'ਚ ਜਾਓ, ਅਤੇ ਉੱਥੇ ਕੋਰਟ 'ਚ ਕੇਸ ਕਰਕੇ ਗਿਆ ਹੈਗਾ ਯਾਰ। ਸੋ ਮੈਂ ਇਹੀ ਬੇਨਤੀ ਕਰੂੰਗਾ ਵੀ ਫਰੀ ਮੋਡ ਗੁਰਦੁਆਰਾ ਤੋਂ ਜਿੰਨੇ ਵੀ ਸਾਡੇ ਕਮੇਟੀ ਮੈਂਬਰ ਹੈਗੇ ਆ ਅਤੇ ਮੌਜੂਦਾ 3 ਸੁਪਰੀਮ ਕੌਂਸਲ ਮੈਂਬਰ, ਉਹਨਾਂ ਨੇ ਇਹ ਜਿਹੜਾ ਸੰਤਾਪ ਆ ਉਹ ਆਪਣੇ ਉੱਤੇ ਹੰਢਾਰੇ ਆ ਵੀ ਕਿੰਨੀਆਂ ਮੁਸ਼ਕਲਾਂ ਸਾਨੂੰ ਆ ਰਹੀਆਂ। ਉੱਥੇ ਜਿਹੜਾ ਬੰਦਾ ਚੈੱਕ ਬੁੱਕ 'ਤੇ ਜੱਫਾ ਪਾ ਕੇ ਬੈਠਾ, ਕਹਿੰਦੇ ਮੈਂ ਕਿਸੇ ਨੂੰ ਕੋਈ ਦੱਸਣਾ ਹੀ ਨਹੀਂ ਗਾ, ਮੈਂ ਬਸ ਸੋਲੀ ਸੋਲੀ ਹਾਂ। ਜਿਹੜੀ ਮੇਨ ਗੱਲ ਹੈਗੀ ਆ ਕਿ ਕਾਰਪੋਰੇਸ਼ਨ ਦੇ ਲਾ ਦੇ ਥੱਲੇ ਜਿੰਨੇ ਵੀ ਤੁਹਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਉਹ ਸਾਰਿਆਂ ਦੀ ਸਲਾਹ ਹੋਣੀ ਚਾਹੀਦੀ ਆ, ਉਹ ਸਾਰੇ ਕਿਸੇ ਵੀ ਪ੍ਰੋਜੈਕਟ ਨੂੰ ਪਾਸ ਕਰਦੇ ਆ ਜਾਂ ਨਹੀਂ ਕਰਦੇ, ਉਹਨਾਂ ਦੀ ਜਿਹੜੀ ਮਜੋਰਟੀ ਦਾ ਪਾਸ ਹੁੰਦਾ ਉਹ ਪ੍ਰੋਜੈਕਟ ਹੋ ਜਾਣਾ, ਕੁਛ ਬੰਦੇ ਵਿੱਚੋਂ ਨਹੀਂ ਵੀ ਐਗਰੀ ਹੁੰਦੇ, ਅਤੇ ਇਸ ਉੱਤੇ ਵਿਰੋਧ ਕਰਨਾ ਜਿਹੜਾ ਬਿਹਤਰ ਆ। ਪਰ ਚੱਲਦੇ ਪ੍ਰੋਜੈਕਟਾਂ ਨੂੰ ਸੰਗਤ ਦੇ ਨਾਲ ਸਾਂਝਾ ਕਰਕੇ ਕਾਰਪੋਰੇਸ਼ਨ ਦੇ ਰੂਲ ਮੁਤਾਬਕ ਗੁਰਦੁਆਰਾ ਸਾਹਿਬ ਨੂੰ ਚਲਾਉਣਾ ਉਹ ਸਾਡੀ ਇੱਕ ਮੇਜਰ ਜ਼ਿੰਮੇਵਾਰੀ ਹੈ। ਜਦੋਂ ਅਸੀਂ ਗੁਰਦੁਆਰਾ ਸਾਹਿਬ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਫਿਰ ਸਾਨੂੰ ਥੋੜ੍ਹੀ ਜਿਹਾ ਨੁਕਸਾਨ ਹੁੰਦੇ ਆ। ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ 22 ਤਰੀਕ ਨੂੰ ਤੁਸੀਂ ਤੁਹਾਡੇ ਸਾਰਿਆਂ ਦੇ ਕੋਲ ਲਿਸਟ ਲੱਗ ਚੁੱਕੀ ਆ, ਲਿਸਟ ਦੇ ਉੱਤੇ ਮਾਰਕ ਹੋ ਚੁੱਕਾ ਕਿ ਤੁਸੀਂ ਕਿਹੜੇ ਕੈਂਡੀਡੇਟ ਨੂੰ ਵੋਟ ਪਾਉਣੀ ਆ। ਉਹ ਸਾਡੀ ਜਿਹੜੀ ਰੈਕਮੈਂਡੇਸ਼ਨ ਹੈ ਅਤੇ ਜਿਹੜੀ ਮੌਜੂਦਾ ਪ੍ਰਬੰਧਕ ਕਮੇਟੀ ਆ ਤੁਸੀਂ ਸਾਰੇ ਉਹਨਾਂ ਨੂੰ ਆਪਣਾ ਜਿਹੜਾ ਵੋਟ ਪਾ ਕੇ ਕਾਮਯਾਬ ਕਰਿਓ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।